ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗਣਿਤ ਦਾ ਪੇਪਰ ਜਮਾਤ 10ਵੀਂ ਮੈਥ ਪੇਪਰ ਕਲਾਸ 10th। ਆਓ ਦੇਖਦੇ ਹਾਂ ਕਿਸ ਤਰ੍ਹਾਂ ਦਾ ਪੇਪਰ ਆ ਸਕਦਾ ਹੈ। ਕੁੱਲ ਅੰਕ ਹੋਣਗੇ 80 ਨੰਬਰ ਦੇ, ਸਮਾਂ ਹੋਏਗਾ 3 ਘੰਟੇ ਦਾ। ਇਹ 4 ਭਾਗਾਂ ਵਿੱਚ ਵੰਡੇ ਹੋਣਗੇ। ਇਸ ਵਿੱਚ ਭਾਗ ਕੂੜਾ ਵਿੱਚ ਹੋਣਗੇ ਪ੍ਰਸ਼ਨ ਨੰਬਰ 1 ਤੋਂ ਲੈ ਕੇ 8 ਤੱਕ 1 ਅੰਕਾਂ ਵਾਲੇ, ਫਿਰ ਭਾਗ ਐੜਾ ਪ੍ਰਸ਼ਨ ਹੋਣਗੇ 9 ਤੋਂ ਲੈ ਕੇ 16 ਤੱਕ 2 ਅੰਕਾਂ ਵਾਲੇ, ਭਾਗ ਈਡੀ 17 ਤੋਂ 24 ਤੱਕ 4 ਅੰਕਾਂ ਵਾਲੇ। ਸੋ ਅੰਤ ਵਿੱਚ ਭਾਗ ਸੱਸਾ ਇਸ ਵਿੱਚ 25 ਤੋਂ ਲੈ ਕੇ 3 ਪ੍ਰਸ਼ਨ ਨੂੰ ਸਾਰੇ ਸਾਰੇ 6 ਅੰਕਾਂ ਵਾਲੇ ਹੋਣਗੇ। ਇਹ ਹੈ ਪੇਪਰ ਦਾ ਫਾਰਮੈਟ। ਦੋਸਤੋ, ਜੇ ਤੁਸੀਂ ਇਸ ਪੇਪਰ ਨੂੰ ਡਾਊਨਲੋਡ ਕਰਕੇ ਤਸੱਲੀ ਨਾਲ ਬੈਠ ਕੇ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਵਿੱਚ ਇਸਦਾ ਲਿੰਕ ਦਿੱਤਾ ਗਿਆ ਹੈ। ਕਲਿੱਕ ਕਰਕੇ ਇਸ ਪੇਪਰ ਨੂੰ ਡਾਊਨਲੋਡ ਕਰਕੇ ਤਸੱਲੀ ਨਾਲ ਬੈਠ ਕੇ ਕਰ ਸਕਦੇ ਹੋ। ਆਓ ਦੇਖਦੇ ਹਾਂ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਹਨ। ਭਾਗੂੜਾ 1 ਨੰਬਰ ਵਾਲੇ ਹਨ ਸਾਰੇ। ਸੋ ਇਸ ਤਰ੍ਹਾਂ ਦੇ ਕੁਝ ਪ੍ਰਸ਼ਨ ਆ ਸਕਦੇ ਹਨ। ਅਨੁਪਾਜ ਗੁਣਖੰਡ ਰੁੱਖ ਪੂਰਾ ਕਰੋ, ਇਹ ਟੇਬਲ ਦਿੱਤਾ ਗਿਆ, ਇਸ ਨੂੰ ਪੂਰਾ ਕਰਨਾ ਹੈ, ਵਿੱਚ ਖਾਲੀ ਥਾਂ ਹੈ। ਇਸੇ ਤਰ੍ਹਾਂ ਨੰਬਰ 4 ਜਿਵੇਂ ਹੈ, 6 ਸਮ ਕਿਨਾਰੇ ਵਾਲੇ ਕਣ ਦਾ ਆਇਤਨ ਪਤਾ ਕਰੋ, ਇਹ ਸਾਰੇ ਇਹਦੇ ਸਾਰੇ 1 ਨੰਬਰ ਦੇ ਹਨ। ਇਹਨਾਂ ਨੂੰ ਡਾਊਨਲੋਡ ਕਰਕੇ ਪੇਪਰ ਨੂੰ ਇੱਕ ਵਾਰੀ ਤਸੱਲੀ ਨਾਲ ਕਰ ਲੈਣਾ, ਅਕਸਰ ਇਹ ਪ੍ਰਸ਼ਨ ਆ ਜਾਂਦੇ ਹਨ। ਇਸੇ ਤਰ੍ਹਾਂ ਹੀ ਭਾਗ ਐੜਾ, ਭਾਗ ਐੜੇ ਦੇ ਸਾਰੇ ਸਾਰੇ 2 ਨੰਬਰ ਦੇ ਹਨ ਪ੍ਰਸ਼ਨ। ਸੋ ਇਹ ਇਹਨਾਂ ਨੂੰ ਡਾਊਨਲੋਡ ਕਰ ਲੈਣਾ, ਪੇਪਰ ਨੂੰ ਡਾਊਨਲੋਡ ਜ਼ਰੂਰ ਕਰ ਲੈਣਾ, ਤੁਹਾਨੂੰ ਸੌਖਾ ਰਹੇਗਾ ਪੇਪਰ ਨੂੰ ਹੱਲ ਕਰਨਾ। ਇਹ ਪ੍ਰਸ਼ਨ ਅਕਸਰ ਆ ਜਾਂਦੇ ਹਨ। ਇਸੇ ਤਰ੍ਹਾਂ ਹੀ ਭਾਗ ਈਡੀ ਇਹ 4 ਨੰਬਰਾਂ ਦੇ ਹਨ। 2 ਅਜਿਹੀਆਂ ਲਗਾਤਾਰ ਟਾਂਕ ਧਨਾਤਮਕ ਸੰਪੂਰਨ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦੇ ਵਰਗ ਦਾ ਜੋੜ 290 ਹੋਵੇ। ਉਸੇ ਤਰ੍ਹਾਂ ਏਪੀ ਦੇ ਪਹਿਲੇ 51 ਪਦਾਂ ਦਾ ਜੋੜਫਲ ਪਤਾ ਕਰੋ ਜਿਸਦੇ ਦੂਸਰੇ ਅਤੇ ਤੀਸਰੇ ਪਦ ਕ੍ਰਮਵਾਰ 14 ਅਤੇ 18 ਹਨ। ਸੋ ਇਹ ਸਾਰੀ ਸੰਖਿਆਵਾਂ ਦਾ ਪਤਾ ਕਰਨਾ ਹੈ। ਇਹ ਭਾਗ ਈਡੀ ਦੇ ਪ੍ਰਸ਼ਨ ਹਨ। ਇਹ ਸਾਰੇ ਦੇ ਸਾਰੇ 4 ਨੰਬਰਾਂ ਦੇ ਹਨ। ਇਸ ਵਿੱਚ ਤੁਹਾਨੂੰ ਆਪਸ਼ਨਾਂ ਵੀ ਦਿੱਤੀਆਂ ਗਈਆਂ ਹਨ, ਜਿਵੇਂ ਪ੍ਰਸ਼ਨ 19 ਵਿੱਚ ਦਿੱਤੀਆਂ ਗਈਆਂ ਹਨ, ਉੱਪਰ ਵਾਲਾ ਜਾਂ ਨੀਚੇ ਵਾਲਾ, ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਕਰਨਾ ਹੈ। ਜਿਵੇਂ ਇੱਕ ਚੱਕਰ ਦੇ ਬਾਹਰਲੇ ਪਾਸਿਆਂ ਨੂੰ ਛੁੰਦੇ ਹੋਏ ਇੱਕ ਚਤੁਰਭੁਜ ਏ ਬੀ ਸੀ ਡੀ ਖਿੱਚਿਆ ਗਿਆ ਹੈ, ਸਿੱਧ ਕਰੋ ਏ ਬੀ ਪਲੱਸ ਸੀ ਡੀ ਇਜ਼ ਇਕੁਅਲ ਟੂ ਬੀ ਸੀ ਪਲੱਸ ਏ ਡੀ। ਇਹ ਹੈ, ਜਾਂ ਫਿਰ ਤੁਸੀਂ ਜੇ ਇਹ ਨਹੀਂ ਕਰਨਾ ਤਾਂ ਇਸ ਜਗ੍ਹਾ ਤੇ ਕਰ ਸਕਦੇ ਹੋ, 10 ਮੀਟਰ ਲੰਬੀ ਇੱਕ ਪੌੜੀ ਕੇ ਦੀਵਾਰ ਨਾਲ ਲਗਾਓ ਤੇ ਜ਼ਮੀਨ ਨਾਲੋਂ 8 ਮੀਟਰ ਦੀ ਉਚਾਈ ਤੇ ਸਥਿਤ ਇੱਕ ਖਿੜਕੀ ਤੱਕ ਪਹੁੰਚਦੀ ਹੈ, ਦੀਵਾਰ ਦੇ ਆਧਾਰ ਤੇ ਪੌੜੀ ਦੇ ਹੇਠਲੇ ਸਿਰੇ ਦੀ ਦੂਰੀ ਪਤਾ ਕਰੋ। ਸੋ ਇਹਨਾਂ ਦੋਨਾਂ ਵਿੱਚ ਕੋਈ ਵੀ ਇੱਕ ਕਰ ਸਕਦੇ ਹੋ। ਸਾਨੂੰ ਵਿੱਚ ਆਪਸ਼ਨਾਂ ਵੀ ਦਿੱਤੀਆਂ ਗਈਆਂ ਹੋਣਗੀਆਂ, ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਆਪਣੇ ਮੁਤਾਬਿਕ ਜਿਹੜਾ ਤੁਹਾਨੂੰ ਸੌਖਾ ਲੱਗਦਾ ਹੈ। ਇਹ ਸਾਰੇ ਦੇ ਸਾਰੇ 4 ਨੰਬਰਾਂ ਦੇ ਹਨ। ਫਿਰ ਉਸ ਤੋਂ ਬਾਅਦ ਹੈ ਭਾਗ ਸੱਸਾ। ਆਪਸ਼ਨਾਂ ਦਿੱਤੀਆਂ ਗਈਆਂ ਨੇ, 6 ਪ੍ਰਸ਼ਨ ਦਿੱਤੇ ਗਏ ਹਨ ਟੋਟਲ, 6ਾਂ ਚੋਂ ਕੋਈ ਵੀ 3 ਕਰਨੇ ਹਨ। ਆਓ ਪੜ੍ਹਦੇ ਹਾਂ ਕਿਸ ਤਰ੍ਹਾਂ ਦੇ ਆ ਸਕਦੇ ਹਨ। ਇਹ ਜ਼ਰੂਰ ਕਰ ਲੈਣਾ, ਆਹ ਵਾਲਾ ਪ੍ਰਸ਼ਨ ਅਕਸਰ ਆਉਂਦਾ ਹੈ। ਇੱਕ ਕਿਸ਼ਤੀ 10 ਘੰਟਿਆਂ ਵਿੱਚ ਧਾਰਾ ਦੀ ਦਿਸ਼ਾ ਦੇ ਉਲਟ 30 ਕਿਲੋਮੀਟਰ ਅਤੇ ਧਾਰਾ ਦੀ ਦਿਸ਼ਾ ਦੇ ਅਨੁਸਾਰ 44 ਕਿਲੋਮੀਟਰ ਜਾਂਦੀ ਹੈ। 13 ਘੰਟਿਆਂ ਵਿੱਚ ਇਹ ਧਾਰਾ ਦੀ ਦਿਸ਼ਾ ਦੇ ਉਲਟ 40 ਕਿਲੋਮੀਟਰ ਤੇ ਧਾਰਾ ਦੀ ਦਿਸ਼ਾ ਦੇ ਅਨੁਸਾਰ 55 ਕਿਲੋਮੀਟਰ ਜਾਂਦੀ ਹੈ। ਧਾਰਾ ਦੀ ਚਾਲ ਅਤੇ ਕਿਸ਼ਤੀ ਦੀ ਸਥਿਰ ਪਾਣੀ ਵਿੱਚ ਚਾਲ ਪਤਾ ਕਰੋ। ਇਹ ਦੂਰੀ ਵਾਲਾ ਕੁਐਸਚਨ ਅਕਸਰ ਆ ਜਾਂਦਾ ਹੈ, ਇਸ ਨੂੰ ਧਿਆਨ ਨਾਲ ਕਰਕੇ ਜਾਣਾ। ਜਾਂ ਫਿਰ ਪੜਤਾਲ ਕਰੋ ਕਿ ਸਮੀਕਰਨਾਂ ਦਾ ਜੋੜ 5x-4y+8=0 ਅਤੇ 7x+6y-9=0 ਸੰਗਤ ਹੈ। ਜੇਕਰ ਇਸ ਤਰ੍ਹਾਂ ਹੈ ਤਾਂ ਇਹਨਾਂ ਨੂੰ ਗ੍ਰਾਫ ਦੁਆਰਾ ਹੱਲ ਕਰੋ। ਸੋ ਤੁਹਾਡੇ ਕੋਲ ਆਪਸ਼ਨਾਂ ਦਿੱਤੀਆਂ ਗਈਆਂ ਹੋਣਗੀਆਂ, ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਕਰਨਾ ਹੈ। ਇਸੇ ਤਰ੍ਹਾਂ ਬਾਕੀ ਦੇ ਬਾਕੀ ਸਾਰੇ ਪ੍ਰਸ਼ਨ ਇੱਕ ਵਾਰੀ ਫਿਰ ਦੱਸ ਰਹੇ ਹਾਂ ਜੀ, ਤੁਸੀਂ ਇਸ ਨੂੰ ਡਾਊਨਲੋਡ ਕਰਕੇ ਇੱਕ ਵਾਰੀ ਜ਼ਰੂਰ ਤਸਲੀ ਨਾਲ ਬੈਠ ਕੇ ਹੱਲ ਕਰ ਲੈਣਾ, ਅਕਸਰ ਇਸ ਵਿੱਚੋਂ ਪ੍ਰਸ਼ਨ ਆ ਜਾਂਦੇ ਹਨ। ਸੋ ਅੱਜ ਲਈ ਇੰਨਾ ਹੀ, ਧੰਨਵਾਦ। ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ।